ਅੱਜ ਐਸਐਸਪੀ ਬਟਾਲਾ ਅਸ਼ਨੀ ਗੋਟੀਆਲ ਵੱਲੋਂ ਪ੍ਰੈਸ ਵਾਰਤਾ ਕਰਦੇ ਹੋਏ ਦੱਸਿਆ ਗਿਆ ਕਿ ਬੀਤੀ 24 ਜੂਨ ਨੂੰ ਬਟਾਲਾ ਵਿਖੇ ਸਿਵ ਸੈਨਾ ਸਮਾਜਵਾਦੀ ਦੇ ਸੰਗਠਨ ਮੰਤਰੀ ਰਜੀਵ ਮਹਾਜਨ ਅਤੇ ਉਹਨਾਂ ਦੀ ਇਲੈਕਟ੍ਰੋਨਿਕ ਦੀ ਦੁਕਾਨ ਦੇ ਅੰਦਰ ਘੁਸ ਕੇ ਉਹਨਾਂ ਤੇ ਗੋਲੀਆਂ ਦਾਗਦੇ ਹੋਏ ਰਜੀਵ ਮਹਾਜਨ ਅਤੇ ਉਹਨਾਂ ਦੇ ਭਰਾ ਤੇ ਬੇਟੇ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਸੀ ਅਤੇ ਦੋਵੇਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸਨ। ਇਸ ਮਾਮਲੇ ਵਿੱਚ ਬਟਾਲਾ ਪੁਲਿਸ ਕਾਊਂਟਰ ਇੰਟੈਲੀਜੈਂਸ ਅਤੇ ਬੰਗਾਲ ਪੁਲਿਸ ਨੇ ਮਿਲ ਕੇ ਆਪਰੇਸ਼ਨ ਕਰਦੇ ਹੋਏ ਇੱਕ ਹਮਲਾਵਰ ਨੂੰ ਪੱਛਮੀ ਬੰਗਾਲ ਦੇ ਹੋਟਲ ਵਿੱਚ ਕਾਬੂ ਕੀਤਾ ਗਿਆ ਹੈ। ਐਸਐਸਪੀ ਨੇ ਦੱਸਿਆ ਕਿ ਇਸ ਮਾਮਲੇ 'ਚ ਵਿਦੇਸ਼ ਵਿੱਚ ਬੈਠੀਆਂ ਦੇਸ਼ ਵਿਰੋਧੀ ਤਾਕਤਾਂ ਦਾ ਹੱਥ ਹੈ ਅਤੇ ਹਮਲਾਵਰਾਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਹੋਣ ਦੀ ਵੀ ਤਲਾਹ ਹੈ। ਇਸ ਮਾਮਲੇ ਦਾ ਮਕਸਦ ਸ਼ਾਂਤ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਣਾ ਹੈ। ਬਾਕੀ ਕਾਬੂ ਕੀਤੇ ਗਏ ਹਮਲਾਵਰ ਦਾ 7 ਦਿਨ ਦਾ ਰਿਮਾਂਡ ਲਿਆ ਗਿਆ ਹੈ ਅਤੇ ਅੱਗੇ ਦੀ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਕਿ ਦੂਸਰੇ ਹਮਲਾਵਰ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਬਿਊਰੋ ਰਿਪੋਰਟ, ਆਲਟਜਾਬ ਨਿਊਜ਼। ਹਾਂਜੀ, ਜੋ 24 ਤਰੀਕ ਦਾ ਇੰਸੀਡੈਂਟ ਸੀਗਾ ਬਟਾਲਾ ਦੇ ਵਿੱਚ, ਜੋ ਫਾਇਰਿੰਗ ਇੰਸੀਡੈਂਟ ਹੋਇਆ ਸੀਗਾ, ਉਹਦੇ 'ਚ ਦੋ ਅਸੇਲੈਂਟਸ ਸੀਗੇ। ਉਹਦੇ 'ਚ ਇੱਕ ਦਾ ਅਰੈਸਟ ਪਈ ਹੈ ਜੀ, ਵਿਦ ਦੀ ਕੋਆਪਰੇਸ਼ਨ ਆਫ ਵੈਸਟ ਬੰਗਾਲ ਪੁਲਿਸ ਔਰ ਸੈਂਟਰਲ ਏਜੰਸੀਜ਼ ਔਰ ਬਟਾਲਾ ਪੁਲਿਸ ਐਂਡ ਇੱਥੇ ਜੋ ਹੈਗੇ ਕਾਊਂਟਰ ਇੰਟੈਲੀਜੈਂਸ, ਇਹਨਾਂ ਦੇ ਸਾਰੇ ਦੇ ਨਾਲ ਮਿਲ ਕੇ। ਤੋ ਇਹਦੇ 15 ਦਿਨ ਪਹਿਲੇ ਦੀ ਵਾਰਦਾਤ ਹੈਗੀ ਹੈ। ਉਹਦੇ 'ਚ ਪੂਰਾ ਆਪਣੀ ਟੀਮ ਸਾਰੇ ਹੀ ਐਫਰਟ ਕਰਕੇ ਅੱਜ ਅਸੀਂ ਇੱਕ ਮੁਰਜਮ ਨੂੰ ਫੜੇ ਹੋਏ ਨੇ। ਦੂਜੇ ਦੇ ਉੱਤੇ ਵੀ ਸਾਡੇ ਕੋਲ ਲੀਡਸ ਹੈਗੇ ਆ। ਜਦੋਂ ਉਹ ਮਤਲਬ ਉਹ ਅਰੈਸਟ ਹੋ ਜੂਗਾ ਤਾਂ ਫਿਰ ਉਹਦੇ ਉੱਤੇ ਪਿੱਛੇ ਕੌਣ ਸੀਗੇ, ਕਿਉਂ ਇਹ ਕੰਮ ਹੋ ਰਿਹਾ ਸੀਗਾ, ਉਹ ਸਾਰੀ ਡਿਟੇਲ ਤੇ ਫਿਰ ਦੁਬਾਰਾ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਜੀ। ਮੈਡਮ, ਇਹ ਬਟਾਲਾ ਪੁਲਿਸ ਤੋਂ ਇਲਾਵਾ ਹੋਰ ਵੀ ਕੋਈ ਇਨਵੋਲਵ ਹੈਗਾ ਸੀ ਇਸ ਸਾਰੇ ਆਪਰੇਸ਼ਨ ਦੇ? ਸੋਰੀ ਜੀ, ਬਟਾਲਾ ਪੁਲਿਸ ਤੋਂ ਇਲਾਵਾ? ਬਿਲਕੁਲ ਜੀ, ਬਿਲਕੁਲ, ਬਟਾਲਾ ਪੁਲਿਸ ਤੋਂ ਇਲਾਵਾ ਇਹਦੇ 'ਚ ਕਾਊਂਟਰ ਇੰਟੈਲੀਜੈਂਸ ਹੈਗੀ ਜੀ, ਸਾਡੀ ਇੱਕ ਵੱਖਰਾ ਵਿੰਗ ਹੈਗਾ, ਉਹਦੇ ਆਫਿਸਰਸ ਇਨਵੋਲਵ ਸੀਗੇ, ਨਾਲ ਹੀ ਸੈਂਟਰਲ ਏਜੰਸੀਜ਼ ਇਨਵੋਲਵ ਸੀਗੇ, ਉਹਦੇ ਨਾਲ ਆਪਣੇ ਵੈਸਟ ਬੰਗਾਲ ਪੁਲਿਸ ਹੈ, ਕਿਉਂਕਿ ਜੋ ਮੁਜਰਮ ਜੋ ਫੜਿਆ ਗਿਆ ਉਹ ਵੈਸਟ ਬੰਗਾਲ ਤੋਂ ਫੜਿਆ ਗਿਆ, ਉੱਥੋਂ ਦੀ ਜੋ ਪੁਲਿਸ ਹੈਗੇ ਉਹ ਵੀ ਇਨਵੋਲਵ ਸੀਗੇ ਜੀ, ਸਾਰੇ ਦੇ ਸਾਂਝਾ ਆਪਰੇਸ਼ਨ ਹੈਗੇ। ਉਹਦੇ 'ਚ ਹਾਲੇ ਸਾਡੀ ਪੁੱਛਗਿੱਛ ਚੱਲੀ ਹੈ ਜੀ। ਉਹਦੇ 'ਚ ਇਹਨਾਂ ਨੇ ਹੁਣ ਤੱਕ ਜੋ ਪ੍ਰਾਈਮਾ ਫੇਸੀ ਆਈ ਹੋਈ ਹੈ, ਉਹਨਾਂ ਨੂੰ ਕੋਈ ਇਹਨਾਂ ਦੇ ਨਾਲ ਪਰਸਨਲ ਦੁਸ਼ਮਣੀ ਨਹੀਂ ਸੀਗਾ। ਉਹਨਾਂ ਨੂੰ ਦੱਸਿਆ ਗਿਆ ਸੀਗਾ ਕਿ ਇਹ ਐਸੇ ਹੈ, ਇਨਕੋ ਕਰਨਾ ਹੈ, ਲੇਕਿਨ ਕਾਰਨ ਕਿਆ ਹੈ, ਕਿਹਨਾਂ ਨੇ ਦੱਸਿਆ, ਕੀ ਹੈਗੇ ਆ, ਉਹ ਆਪਾਂ ਨੂੰ ਹਾਲੇ ਵੀ ਜਾਂਚ ਦਾ ਇਸ਼ੂ ਹੈ। ਇਹ ਮੰਨ ਕੇ ਚੱਲ ਸਕਦੇ ਹਾਂ ਕਿ ਜਿਹੜੇ ਬਾਹਰ ਵਿਦੇਸ਼ੀ ਤਾਕਤਾਂ ਬੈਠੀਆਂ, ਜਿਹੜਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ, ਉਹਨਾਂ ਦਾ ਹੱਥ ਹੋ ਸਕਦਾ ਇਹਦੇ ਵਿੱਚ? ਬਿਲਕੁਲ ਹੋ ਸਕਦਾ ਜੀ, ਬਿਲਕੁਲ ਹੋ ਸਕਦਾ, ਲੇਕਿਨ ਮੈਂ ਕੌਣ ਹੈ, ਉਹਨਾਂ ਦਾ ਕੀ ਹੱਥ ਹੈਗਾ, ਕਿੰਨੀ ਤੱਕ ਉਹਨਾਂ ਦੀ ਕੰਟਰੀਬਿਊਸ਼ਨ ਹੈਗੀ ਹੈ, ਉਹ ਸਾਨੂੰ ਜਿਹੜੇ ਕੋਲ ਐਵੀਡੈਂਸ ਆਊਗਾ ਉਹਦੇ 'ਚ ਬਾਅਦ ਹੀ ਮੈਂ ਤੁਹਾਡੇ ਨਾਲ ਸਾਂਝਾ ਕਰ ਪਾਊਂਗੀ। ਜਦੋਂ ਇਹ ਹਮਲਾ ਹੋਇਆ ਸੀ ਉਸ ਤੋਂ ਬਾਅਦ ਇੱਕ ਗੱਲ ਸਾਹਮਣੇ ਆਈ ਸੀ ਕਿ ਦੋਨੋਂ ਹੀ ਜਿਹੜੇ ਨੌਜਵਾਨ ਹਮਲਾਵਰ ਨੇ ਉਹ ਐਂਟੀ ਡਾਇਰੈਕਸ਼ਨ 'ਚੋਂ ਇੱਥੇ ਆਏ ਸੀ। ਐਂਟੀ ਡਾਇਰੈਕਸ਼ਨ ਯਾਨੀ ਕਿ ਇਕੱਠੇ ਨਹੀਂ ਸੀ ਆਏ, ਕੋਈ ਅਲੱਗ ਤੋਂ ਆਇਆ ਸੀ, ਦੂਸਰਾ ਅਲੱਗ ਤੋਂ ਆਇਆ ਸੀ। ਇਹਨਾਂ ਦਾ ਕੀ ਮਕਸਦ ਸੀ ਜਾਂ ਕੋਈ ਪਲਾਨ ਜਿਹੜਾ ਕੀਤਾ ਹੋਇਆ ਸੀ ਕਿ ਅਲੱਗ ਅਲੱਗ ਜਾ ਕੇ ਜਾਂ ਹਮਲਾ ਕਰਨਾ ਜਾਂ ਇਕੱਠਿਆਂ ਹਮਲਾ ਕਰਨਾ ਜਾਂ ਫਿਰ ਇੱਥੇ ਆ ਕੇ ਇਕੱਠੇ ਹੋਏ, ਕੁਝ ਇਹਦੇ ਬਾਰੇ ਪਤਾ ਚੱਲਦਾ? ਉਹਦੇ 'ਚ ਹਾਲੇ ਸਾਡੀ ਚੱਲ ਰਹੀ ਹੈ ਜੀ, ਸਾਡੇ ਕੋਲ ਰਿਮਾਂਡ ਅੱਜ ਹੀ ਮਿਲਿਆ, ਅੱਜ ਹੀ ਮਿਲਿਆ, 7 ਦਿਨ ਦਾ ਰਿਮਾਂਡ ਹੈਗੀ ਆ। ਉਹਦੇ ਪੁੱਛਗਿੱਛ ਦੇ ਦੌਰਾਨ ਜੋ ਵੀ ਸਾਹਮਣੇ ਆਊਗੀ, ਜੋ ਜਿਵੇਂ ਸਵਾਲ ਤੁਹਾਡੇ ਮਨ 'ਚ ਹੈਗੇ ਆ, ਉਹ ਵੀ ਸਾਡੀ ਵੀ ਉਹੀ ਹੈਗੀ ਜੀ, ਕਿਉਂਕਿ ਅਸੀਂ ਪਿਛਲੇ 15 ਦਿਨ ਤੋਂ ਇਸ ਕੇਸ 'ਚ ਲੱਗੇ ਹੋਏ ਨੇ, ਸਾਡੇ ਵੀ ਸਵਾਲ ਹੈਗੇ ਆ, ਲੇਕਿਨ ਜੋ ਬੰਦਾ ਸਾਡੇ ਕੋਲ ਮਿਲੂਗਾ ਉਹਨਾਂ ਦੇ ਬੈਠ ਕੇ ਅਸੀਂ ਪੁੱਛਾਂਗੇ, ਤਵੀ ਤੋਂ ਸਾਹਮਣੇ ਆਉਣਗੇ, ਚੀਜ਼ਾਂ ਆਉਣਗੇ, ਉੱਤੇ ਬਾਅਦ ਹੀ ਤੁਹਾਨੂੰ ਦੱਸ ਪਾਵਾਂਗੇ। ਇਸ ਕਰਨ ਤੋਂ ਬਾਅਦ ਉਸੇ ਦਿਨ ਹੀ ਚਲੇ ਗਿਆ ਪੱਛਮੀ ਬੰਗਾਲ ਕੇ ਟਾਈਮ ਪਾ ਕੇ ਗਿਆ? ਨਹੀਂ ਜੀ, ਉੱਤੇ ਉਹ ਉਸੇ ਦਿਨ ਨਹੀਂ ਗਿਆ, ਉਹ ਪੱਛਮੀ ਬੰਗਾਲ ਤੇ, ਇਹਦੇ 'ਚ ਉਹ ਵੱਖ ਵੱਖ ਥਾਵਾਂ ਤੇ ਗਿਆ, ਉੱਤੇ ਬਾਅਦ ਉਹ ਪੱਛਮੀ ਬੰਗਾਲ ਗਿਆ। ਇਹ ਪਤਾ ਚੱਲ ਸਕਿਆ ਜਿਹੜੇ ਇਹਨਾਂ ਨੇ ਹਥਿਆਰ ਇਸਤੇਮਾਲ ਕੀਤੇ ਇਹਦੇ ਵਿੱਚ, ਉਹ ਇਹਨਾਂ ਨੂੰ ਕਿੱਥੋਂ ਆਏ? ਹਾਲੇ ਵੀ ਮੈਂ ਉਹੀ ਕਹਿ ਰਿਹਾ ਜੀ, ਸਾਡੇ ਕੋਲ ਉਹ ਬਸ 2-4 ਘੰਟੇ ਰਿਹਾ ਹੁਣ ਤੱਕ, ਉਸਦੇ ਦੇ ਵਿੱਚ ਜਿੰਨੇ ਵੀ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਮੈਂ ਤੁਹਾਡੇ ਨਾਲ ਸਾਂਝਾ ਕੀਤੀ ਹੈਗੀ ਹੈ, ਜੋ ਬਾਕੀ ਜੋ ਵੀ ਹੈਗੇ ਆ ਉਹ ਅੱਗੇ ਅੱਗੇ ਦੱਸਾਂਗੇ ਜੀ ਰਿਮਾਂਡ ਤੋਂ ਬਾਅਦ। ਸਾਡੀ ਪੂਰੀ ਕੋਸ਼ਿਸ਼ ਹੈ ਜੀ, ਅਸੀਂ ਤਾਂ ਅਸੀਂ ਸਾਡੀ ਟੀਮ ਹੁਣ ਵੀ ਚੱਲੀ ਹੈ ਜੀ ਇਹਦੇ 'ਚ, ਬਸ ਇਹ ਪ੍ਰੈਸ ਕਾਨਫਰੰਸ ਕਰਕੇ ਅਸੀਂ 1 ਘੰਟੇ ਇੱਥੇ ਆਏ, ਅਦਰਵਾਈਜ਼ ਸਾਡਾ ਕੰਮ ਉਹਦੇ 'ਚ ਚੱਲਿਆ ਹੋਇਆ, ਛੇਤੀ ਤੋਂ ਛੇਤੀ ਕਰ ਲੈਂਦੇ ਅਸੀਂ। ਇਸ ਆਪਰੇਸ਼ਨ ਨੂੰ ਕਾਮਯਾਬ ਕਰਨ ਵਾਸਤੇ ਕਿੰਨੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਤੁਹਾਡੇ? ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕੀ ਹਾਂ ਜੀ, ਸਾਡੇ ਕਾਊਂਟਰ ਇੰਟੈਲੀਜੈਂਸ ਤੇ ਚੰਡੀਗੜ੍ਹ ਦਾ ਟੀਮ ਹੈਗੀ ਹੈ, ਅੰਮ੍ਰਿਤਸਰ ਦੀ ਹੈਗੀ, ਬਟਾਲਾ ਦੇ ਤਕਰੀਬਨ ਸਾਡੇ ਮੇਨ ਜੋ ਹੈਗੇ ਜੀ, ਮੇਨ ਸਾਡੇ 3 ਟੀਮਾਂ ਚੱਲ ਰਿਹਾ ਸੀਗਾ, ਤੋ ਟੈਕਨੀਕਲ ਕੇ ਲਈ ਅਲੱਗ ਸੀ ਥੇ, ਗਰਾਊਂਡ ਕੇ ਅਲੱਗ ਥੇ, ਸਾਰੇ ਵੱਖ ਵੱਖ ਕੋ ਮਿਲਾ ਕੇ ਮੋਰ ਦੈਨ 450 ਪੀਪਲ ਜੋ ਹਮਾਰੇ ਇਸੇ ਮੇਂ ਕੰਮ ਕਰ ਰਹੇ ਸੀ। ਜਿਹੜੀ ਪੱਛਮੀ ਬੰਗਾਲ ਟੀਮ ਗਈ ਸੀ ਜੀ, ਇਹਨੂੰ ਪਕੜਨ ਵਾਸਤੇ ਉਹਨੂੰ ਕੌਣ ਲੀਡ ਕਰ ਰਿਹਾ ਸੀ ਸਾਡੇ ਬਟਾਲਾ ਪੁਲਿਸ? ਆਪਣੇ DSP ਡੀ ਸਾਹਿਬ ਹੈਗੇ ਜੀ, ਗੁਰਿੰਦਰ ਵੀਰ ਹੈਗੇ, ਨਾਲ ਆਪਣੇ CI ਇੰਚਾਰਜ ਔਰ ਇੰਸਪੈਕਟਰ ਸੁਖਰਾਜ ਹੈਗੇ, ਤੋ ਉਹਦੇ ਉਹਨਾਂ ਦੇ ਟੀਮ ਗਏ ਸੀਗੇ ਉਹਨਾਂ ਨੂੰ ਲੈ ਕੇ ਆਉਣ, ਔਰ ਜੋ SHO ਸਿਟੀ ਹੈਗੇ ਜੀ। ਬਟਾਲਾ ਪੁਲਿਸ ਵੱਲੋਂ ਫੋਟੋਆਂ ਜ਼ਾਰੀ ਕੀਤੀਆਂ ਗਈਆਂ ਡੇਰਾ ਬਾਬਾ ਨਾਨਕ ਦੀਆਂ, ਉਹਨਾਂ ਹਮਲਾਵਾਰਾਂ ਨੂੰ ਘੁੰਮ ਜਾਣੀਆਂ ਉੱਥੋਂ, ਉਹਦਾ ਤਾਂ ਕੋਈ ਕਲੂ ਮਿਲਿਆ ਕਿ ਡੇਰਾ ਬਾਬਾ ਨਾਨਕ ਵਪਾਰ ਹੈਗੇ ਸੀ ਉਹਨਾਂ ਦੇ?
हले चलिया जी साडा हुण भी कम चलिया ही होया ए तो जांच हाले चली है डेरा बाबा नानक दा की कनेक्शन है दूजा बंदा कित्थे है गया हले भी हां जी उथे कपड़े चेंज कीते बिल्कुल जी बिल्कुल 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 ओ हले भी साडी चल रही है जी जदों होऊगा तो फिर दसदांगे सानू